ਨਮਸਤੇ ਆਉ ਮੈਂ ਪ੍ਰਗਿਆ ਸਲੋਤਰਾ ਤੇ ਤੋ ਸਾਰੇ ਦਿਖਾ ਰਹੇ ਹੋ ਸਿੱਧੀ ਲਕੀ ਬਥੇਰੇ ਸਾਰੇ ਲੋਕਾਂ ਕੀ ਗੁੱਸਾ ਚੜਾ ਰਹਾ ਕਿ ਮੈਂ ਡੋਗਰੀ ਛੱਡੀ ਐ ਮੈਂ ਹਿੰਦੀ ਕਹਿ ਲਈ ਬੋਲਣਾ ਸ਼ੁਰੂ ਕਰ ਰਹੀ ਇੰਨਾ ਮੀਗੀ ਵੀ ਬੜਾ ਦੁੱਖ ਲੱਗਿਆ ਕਿ ਪ੍ਰਧਾਨ ਮੰਤਰੀ ਦੇ ਆਖਣੇ ਦੇ ਬਾਅਦ ਵੀ ਔਰ ਸਰਕਾਰ ਦੇ ਬਾਰ ਬਾਰ ਆਖਣੇ ਦੇ ਬਾਅਦ ਵੀ ਕਿ ਆਪਣੇ ਆਪਣੇ ਘਰਿਆਂ ਚ ਬੋਵੋ ਤੋਹੇ ਲੋਕੇ ਉਸ ਗੱਲ ਦਾ ਪਾਲਨ ਨਹੀਂ ਕੀਤਾ ਇਸ ਗੱਲ ਦਾ ਮੀਗੀ ਵੀ ਬੜਾ ਦੁੱਖ ਹੋਇਆ ਬਥੇਰੇ ਐਸੇ ਲੋਕ ਨੇ ਜਿਹੜੇ ਕਿ ਆਪਣੀ ਟਰੈਵਲ ਹਿਸਟਰੀਆਂ ਛਪਾ ਲਾਦੇ ਨੇ ਇਹਨਾਂ 'ਇੱਕ ਕੇਸ ਜਿਹੜਾ ਉਹ ਕੱਲ ਵੀ ਸਾਹਮਣੇ ਆਇਆ ਗੁੜਾ ਬਖਸ਼ ਨਗਰ ਦੀ ਮੈਂ ਗੱਲ ਕਰਾਨੀ ਗੁੜਾ ਬਖਸ਼ ਨਗਰ 'ਚ ਜਿਹੜਾ ਤੁਹਾਨੂੰ ਪਤਾ ਹੈ ਕਿ ਕੇਸ ਜਿਸ ਵੇਲੇ ਸਾਹਮਣੇ ਆਇਆ ਔਰ ਕੱਲ੍ਹ ਗਏ ਉਸ ਟਰੱਕ ਡਰਾਈਵਰ ਤੇ ਕੰਨੇ ਕੀ ਔਰੀ ਲਾੜੀ ਉਹ ਦੋਨੋਂ ਪੋਜ਼ਿਟਿਵ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਔਰ ਅੱਜ ਹੁੰਦੇ ਕੇ ਕਰੂਆਂ ਦੋ ਔਰ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਮਤਲਬ ਤੁਸੀਂ ਅਪੇ ਸਾਹਬ ਲਾਇਲਾ ਓਨ ਇੱਕ ਕਾਰ 'ਚ ਚਾਰ ਮਰੀਜ਼ ਜਿਹੜੇ ਨੇ ਕਰੋਨਾ ਵਾਇਰਸ ਦੇ ਬਾਠੀਏ ਤੁਸੀਂ ਅਪੇ ਸਾਹਬ ਲਾਓ ਕਿ ਜਿੱਥੇ ਸਰਕਾਰ ਬਾਰ-ਬਾਰ ਤੋਂ ਹੀ ਇਹ ਗੱਲ ਆਖਾਰੀ ਕਿ ਜੇ ਤੋਹੇ ਬਾਰੂਆਂ ਕੋ ਤੂੰ ਆਇ ਰਹੇ ਹੋ ਤਾਂ ਤੋਹੇ ਆਪਣੀ ਟਰੈਵਲ ਹਿਸਟਰੀ ਜਿਹੜੀ ਆ ਉਸ ਪਾਲਾ ਦੇ ਕਹਿਲੀ ਹੋ ਉਸੇ ਛਪਾਲ ਨੇ ਕੰਨੇ ਤੋਂ ਹੀ ਓਣਾ ਕੇ ਹੈ ਤੋਹੇ ਥੋਣਾ ਕੇ ਹੈ ਤੁਸੀਂ ਆਪਣੇ ਆਪ ਕੀ ਤਾਂ ਬਿਮਾਰੀ ਤੋਹੇ ਲੱਗ ਗੇ ਲੱਗ ਤੇ ਕੰਨੇ ਕੇ ਬਾਕੀ ਐ ਵੀ ਲੱਗਿਆ ਨਹੀਂ ਪਰ ਉਸ ਚੀਜ਼ ਦਾ ਖਿਆਲ ਤਾਂ ਆਹ ਜੰਮੂ ਵਾਲੇ ਕਹਿਲੀ ਨਹੀਂ ਕਰਾਦੇ ਐ ਇਸ ਗੱਲ ਦਾ ਜਿਹੜਾ ਉਹ ਸਮਝ ਨਹੀਂ ਆ ਰਹਾ ਈਸੀ ਧਿਆਨ ਚ ਰੱਖਦੇ ਹੋਏ ਕਿ ਇੱਕ ਕਾਰ ਚਗੇ ਗੂੜਾ ਬਖਸ਼ ਨਗਰ ਦੇ ਇੱਕ ਕਾਰ ਚਗੇ ਚਾਰ ਪੋਜ਼ਿਟਿਵ ਕੇਸ ਜਿਹੜੇ ਨਾ ਉਹ ਸਾਹਮਣੇ ਆਈ ਏ डीसी ਜੰਮੂ ਨੇ ਗੁੜਾ ਬਖਸ਼ਨਗਰ ਕੀ ਕੰਟੇਨਮੈਂਟ ਜ਼ੋਨ ਜਿਹੜਾ ਉਹ ਡਿਕਲੇਅਰ ਕਰ ਰਿਆ। ਤੋਂ ਹੀ ਮੈਂ ਦੱਸਾਂ ਕਠੂਆ, ਸਾੰਬਾ ਇਹ ਵੀ ਅੱਗੇ ਰੈੱਡ ਜ਼ੋਨ ਹੈ, ਜੰਮੂ ਵੀ ਰੈੱਡ ਜ਼ੋਨ ਹੀ ਕਸ਼ਮੀਰ ਘਾਟੀ ਉਹ ਤਾਂ ਪੂਰਾ ਪੂਰਾ ਰੈੱਡ ਜ਼ੋਨ ਜਿਹੜਾ ਹੈ ਉਹ ਡਿਕਲੇਅਰ ਹੋਇਆ ਤਾਂ ਉਹ ਮੈਂ ਤੁਹਾਨੂੰ ਦੱਸ ਜਣਾ ਕਿ ਜਿਹੜੇ ਕਿਸ ਦਿਨ ਪਹਿਲੇ ਤੁਸੀਂ ਸਾਰੇ ਲੋਕ ਬੜੇ ਖੁਸ਼ ਹੋਏ ਇਹ ਲਿਖਾ ਰਹੇ ਕਿ ਜੰਮੂ ਕੋਵਿਡ ਫ੍ਰੀ ਹੋਈ ਆ, ਜੰਮੂ ਕੋਵਿਡ ਫ੍ਰੀ ਹੋਈ ਆ ਔਰ ਕੋਵਿਡ ਫ੍ਰੀ ਕੋਵਿਡ ਫ੍ਰੀ ਤੇ ਬੋਲਦੇ ਬੋਲਦੇ ਤੁਸੀਂ ਸਾਰੇ ਲੋਕਾਂ ਜਿਹੜੀ ਉਹ ਲੈਟਰ ਮਸਤੀ ਬਥੇਰੀ ਕੀਤੀ ਹੈ। ਕੀ ਜੇ ਤੋਂ ਹੈ ਦਵਾਈ ਲੈਰ ਵੀ ਕੁਤੇ ਜਾ ਰਿਹਾ ਤਾਂ ਇੱਕ ਕਰ ਮੋ ਦੋ ਬੰਦ ਨਿਕਲਦੇ ਦਵਾਈ ਤਾਂ ਔਰ ਉਸ ਦਵਾਈ ਹੀ ਲਈਏ ਫਿਰ ਚਾਰ ਗੇੜੀਆਂ ਜਿਹੜੀ ਆ ਉਹ ਸਿਟੀ ਦੀ ਮਾਰੀ ਹੈ ਫਿਰ ਕਾਹ ਰਾਂਦੇ ਕਿ ਕੇ ਪਤਾ ਦੁਆਰਾ ਸਿਟੀ ਆਣੀ ਸ਼ਾਇਦ ਹੋਏ ਜਾਂ ਨਹੀਂ ਹੋਏ ਤੇ 에ਰੇ ਚਲਦੇ ਜਿਹੜੀ ਤੁਹਾਨੂੰ ਲੈਟਰ ਮਸਤੀ ਮਾਰੀ ਹੈ ਉਹ ਅੱਜ ਕੀ ਹੋਇਆ ਕਿ ਪਰਤੀ ਜਿਹੜਾ ਜੰਮੂ ਔਰ ਰੈਡ ਜ਼ੋਨ ਚ ਆਈ ਹੈ ਤੋਂ ਮੈਂ ਦੱਸਾਂ ਕਿ ਇਹ ਟਰੱਕ ਡਰਾਈਵਰ ਜਿਹਦੀ ਮੈਂ ਗੱਲ ਕਰਾ ਰਹੀ ਹਾਂ ਇਹ ਟਰੱਕ ਡਰਾਈਵਰ ਤੋਂ ਆਪੇ ਸਾਹਬ ਲਾਓ ਜਿਸ ਵੇਲੇ ਆਇਆ 에ਰੇ ਕੰਨੇ ਜਿਹੜਾ ਆਇਆ ਹ ਬੰਦਾ ਉਰੀ ਉਰੀ ਵੀ ਜਾਂਚ ਜਿਹੜੀ ਹੋਰੀ ਉਹ ਤਾਂ ਸ਼ੁਕਰ ਮਨਾਓ ਕਿ ਇਹਰਾ ਸੈਂਪਲ ਜਿਹੜਾ ਲੈ ਰਹਾ ਤਾਂ ਪਤਾ ਲੱਗੀ ਆ ਕਿ ਇਹ ਪੋਜ਼ਿਟਿਵ ਐ ਜੇ ਇਹਰਾ ਸੈਂਪਲ ਨਹੀਂ ਲੈ ਰਹਾ ਹੁੰਦਾ ਤਾਂ ਔਰ ਇਹ ਜਿਹੜਾ ਤੁਸੀਂ ਆਪੇ ਸਾਬ ਲਾਓ ਕਿ ਕਿੰਨੀ ਜਗਾ ਇਹ ਕਿੰਨੇ ਲੋਕਿਆਂ ਕੀ ਮਿਲਿਆ ਹੋਣਾ ਜੇ ਇਹ ਕੋਈ ਤਾਂ ਦਵਾਈ ਵਾਲੀ ਦੁਕਾਨ ਉੱਪਰ ਗਿਆਓ ਤਾਂ ਤਾਂ ਵੀ ਉੱਥੇ ਦੋ ਤਿੰਨ ਬੰਦੇ ਆਗੇ ਤਾਂ ਮਿਲਿਆ ਹੀ ਹੋਣਾ ਠੀਕ ਹੈ ਜਿਹੜੇ ਇਹਦੇ ਕੰਨੇ ਕੋਈ ਬੰਦਾ ਆਇਆ ਉਸ ਮਤਲਬ ਮੈਂ ਤਾਂ ਇਹ ਤਾਂ ਤਸ ਨਹੀਂ ਕੋਸ਼ਿਸ਼ ਕਰਾਨੀ ਕਿ ਇਹਰਾ ਕੰਟੈਕਟ ਜਿਹੜਾ ਇਸ ਵੇਲੇ ਟਰੇਸ ਹੋ ਔਰ ਆ ਔਰ ਮੈਂ ਤੁਹਾਨੂੰ ਦੱਸਾਂ ਕਿ ਕਿੰਨੇ ਇਹ ਲੋਕ ਹੋਣੇ ਜਿਹਦੇ ਕੰਨੇ ਇਹ ਮਿਲਿਆ ਵਿਜੇ ਯੋਗ ਤੇ ਕੇਵੜੇ ਨੀ ਨੀ ਨੇ ਸੁਨਾਇਓ ਤੇ ਇਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਨਹੀਂ ਕਿ ਜਿਹੜੇ ਟ੍ਰੈਵਲ ਹਿਸਟਰੀ ਆਪਣੀ ਛਪਾਲਾ ਦੇਣਾ ਉਹ ਬੜਾ ਕਿ ਗਲਤ ਕਰਾ ਦੇ ਆਪਣੇ ਕੰਨੇ ਵੀ ਆਪਣੇ ਟੱਬਰ ਕੰਨੇ ਵੀ ਜੰਮੂ ਵਾਲਿਆਂ ਤਾਂ ਵੀ ਤੇ ਕੰਨੇ ਕੇ ਸਾਡੇ ਦੇਸ਼ਵਾਸੀਆਂ ਤਾਂ ਵੀ ਕੀ ਆਪਣੇ ਟ੍ਰੈਵਲ ਹਿਸਟਰੀ ਛਪਾਲੀਏ ਕੱਖ ਨਹੀਂ ਤੋਂਹੇਗੀ ਤੁਣਾ ਇਸ ਬਿਮਾਰੀ ਦੇ ਇਲਾਵਾ ਆਪੇ ਤਾਂ ਬਿਮਾਰ ਹੋਗੇ ਉਹ ਕੇ ਕੰਨੇ ਕਾਰ ਦੇ ਚਾਰ ਬੰਦੇ ਜਿਹੜੇ ਆ ਉਹ ਹੋਰ ਬਿਮਾਰ ਕਰੀ ਉੜ ਗਏ बक्षनगर ਦਾ ਮੈਂ ਬਾਰ-ਬਾਰ ਐਗਜ਼ਾਮਪਲ ਤੋਂ ਹੀ ਤਾਂ ਦਿਆ ਨਹੀਂ ਕਿ ਕਿ ਕਿਛ ਦਿਨ ਪਹਿਲੇ ਬਕਸ਼ਨਗਰ ਦੇਗੇ ਲੋਕ ਜਿਹੜੇ ਨਾ ਬੜੇ ਖੁਸ਼ ਹੋਈਏ ਮੈਸੇਜ ਕਰਾ ਰਹੇ ਲਾਈਵ ਪਰ ਆ ਦੇ ਕਿ ਕੋਵਿਡ ਫਰੀ ਹੋਈਆ ਜੰਮੂ ਕੋਵਿਡ ਫਰੀ ਹੋਈਆ ਕੋਵਿਡ ਫਰੀ ਹੋਈਆ ਤੇ ਇਸੇ ਚਲਦੇ ਲੋਕਾਂ ਨੇ ਲਟਰ ਮਸਤੀ ਕਰਨੀ ਜਿਹੜੀ ਉਹ ਸ਼ੁਰੂ ਕਰੀ ਹੋੜੀ ਹੈ ਪਰ ਜਿਹਦਾ ਜਵਾਬ ਤੋਂ ਹੀ ਅੱਜ ਤੋਂ ਹੀ ਹੈ ਕਿ ਗੂੜਾ ਬਕਸ਼ਨਗਰ ਜਿਹੜਾ ਹੈ ਉਹ ਕੰਟੇਨਮੈਂਟ ਜ਼ੋਨ ਜਿਹੜਾ ਉਹ ਡੀਸੀ ਜੰਮੂ ਨੇ ਡਿਕਲੇਅਰ ਕਰਿਆ ਡਾ ਉਹ ਮੈਂ ਤੁਹਾਨੂੰ ਦੱਸਾਂ ਕਿ ਉੱਥੇ ਬੜੀ ਸਟ੍ਰਿੰਗੈਂਸ ਹੋਗੀ ਤਾਂ ਕੰਨੇ ਕਿ ਮੈਂ ਤੁਹਾਨੂੰ ਵੀ ਦੱਸਣਾ ਕਿ ਗੁੜਾ ਬਖਸ਼ੀ ਨਗਰ ਤੇ ਲੋਕਾਂ ਕੋਈ ਵੀ ਜੇ ਐਮਰਜੈਂਸੀ ਆਂਦੀ ਹੈ ਤਾਂ ਉਹਦੇ ਤਾਂ ਹੀ 24/7 ਕੰਟਰੋਲ ਰੂਮ ਦਾ ਜਿਹੜਾ ਨੰਬਰ ਹੈ ਬਥੇਰੇ ਸਾਰੇ ਲੋਕਾਂ ਨੂੰ ਇਹ ਨੰਬਰ ਨਹੀਂ ਪਤਾ ਹੋਣਾ ਮੈਂ ਤੁਹਾਨੂੰ ਪੜ੍ਹੀ ਦੱਸੀ ਉਹਨਾਂ ਕਿ ਕੋਈ ਵੀ ਅਗਰ ਤੋਂ ਹੋਏਗੀ ਮੈਡੀਕਲ ਐਮਰਜੈਂਸੀ ਆਂਦੀ ਹੈ ਕਿਸੇ ਵੀ ਬੰਦੇ ਦੀ ਤਾਂ ਉਹ ਇਹ ਨੰਬਰਾਂ ਪਰ ਫੋਨ ਕਰ ਹੀ ਸਕਦਾ ਤਾਂ ਤੋਹੇਗੀ ਉਹ ਮਦਦ ਜਿਹੜੀ ਉਹ ਤੁਹੀ ਸਕਦੀ ਹੈ ਨੰਬਰ ਜਿਹੜੇ ਨੇ ਲੋਕ ਜਿਹਨੇ ਕਿ ਲੱਗਦਾ ਜਿਹੜੇ ਗੁੜਾ ਗੁੜਾ ਬਖਸ਼ ਨਗਰ ਵਾਲੇ ਲੋਕ ਨੇ ਉਹ ਨੰਬਰ ਜਿਹੜੇ ਨੇ ਉਹ ਜ਼ਰੂਰ ਨੋਟ ਕਰੋ ਨੰਬਰ ਹੈ 2571616 ਔਰ ਦੂਆ ਨੰਬਰ ਹੈ 2571912 ਮਤਲਬ 2571616 2571912 ਇਹ ਦੋ ਨੰਬਰ ਜਿਹੜੇ ਨੇ ਜੇ ਗੁੜਾ ਬਖਸ਼ ਨਗਰ ਦੇ ਲੋਕਾਂ ਕੀ ਕੋਈ ਵੀ ਐਮਰਜੈਂਸੀ ਆਂਦੀ ਹੈ ਮੈਡੀਕਲ ਐਮਰਜੈਂਸੀ ਕੋਈ ਵੀ ਹੋਣੀ ਆਂਦੀ ਹੈ ਤੇ ਇਹ ਕੰਟਰੋਲ ਰੂਮ ਦੇ ਨੰਬਰ ਨੇ ਇਹ ਤੁਸੀਂ ਨੋਟ ਕਰ ਲਓ ਤੇ ਇਹ ਮੈਂ ਤੁਹਾਨੂੰ ਹੀ ਪੜੀਏ ਦੱਸੀ ਹੋੜਿਆ ਕਿ ਡੀਸੀ ਜੰਮੂ ਸੁਸ਼ਮਾ ਚਹਾਨ ਨੇ ਕੀ ਆਖਿਆ ਉਹਨੇ ਇਹ ਆਖਿਆ ਕਿ ਗੂੜਾ ਬਖਸ਼ ਨਗਰ ਕੀ ਊਨ ਕੰਟੇਨਮੈਂਟ ਜ਼ੋਨ ਜਿਹੜਾ ਉਹ ਡਿਕਲੇਅਰ ਕਰ ਰਿਹਾ ਉਹਦਾ ਕੀ ਕੀ ਕਿ ਉਹ ਸਟ੍ਰਕ ਡਰਾਈਵਰ ਦੀ ਗਲਤੀ ਦੀ ਵਜ੍ਹਾ ਕੰਨੇ ਜੇ ਉਹਨੇ ਸਾਵਧਾਨੀ ਜਿਹੜੀ ਉਹ ਵਰਤੀ ਰਹੀ ਹੁੰਦੀ ਤਾਂ ਅੱਜ ਸ਼ਾਇਦ ਉਸੇ ਕੰਟੇਨਮੈਂਟ ਜ਼ੋਨ ਜਿਹੜਾ ਉਹ ਡਿਕਲੇਅਰ ਨਹੀਂ ਹੁੰਦਾ ਔਰ ਅੱਰੇ ਤੱਕ ਲੋਕ ਖੁਸ਼ੀ ਗੇ ਮਨਾ ਰਹੇ ਹੁੰਦੇ ਕਿ ਸ਼ਾਇਦ ਜੰਮੂ ਚ ਜਿਹੜੇ ਕੇਸ ਜਿਹੜੇ ਨਾ ਉਹ ਸਾਰੇ ਰਿਕਵਰ ਹੋਈਏ ਇਹਦੇ ਕੰਨੇਗੇ ਮੈਂ ਤੁਹਾਨੂੰ ਦੱਸੀ ਹੋਣਾ ਕਿ ਇੱਕ ਦਿਨ ਚ ਤੇਨੀਅਰ ਸੈਂਪਲ ਜਿਹੜੇ ਨਾ ਉਹ ਲੈ ਦੇਣਾ ਜਮੂਡ ਡਿਵੀਜ਼ਨ ਦੀ ਗੱਲ ਕਰਾਣੀ ਮੈਂ ਇੱਕ ਯਾਰ ਸੈਂਪਲ ਲੈ ਦੇਣਾ ਯਾਰਿਆਂ ਦੇ ਹਿਸਾਬ ਦੇ ਟੈਸਟ ਜਿਹੜੇ ਉਹਨਾਂ ਲੈ ਰਹੇ ਜਿਹੜੇ ਵੀ ਬਾਹਰੋਂ ਆਏ ਰਹੇ ਉਹਦੇ ਸੈਂਪਲ ਲੈ ਦੇਣਾ ਤਾਂਕਿ ਬਾਅਦ ਚੂ ਜੇ ਕੋਈ ਇਹੀ ਪ੍ਰੋਬਲਮ ਜੜੀ ਆ ਜਾਂ ਪੋਜ਼ਿਟਿਵ ਹੁੰਦੀ ਰਿਪੋਰਟ ਆਂਦੀ ਹੈ ਤਾਂ ਉਹਦੇ ਕੰਨੇ-ਕੰਨੇਗੇ ਬਾਕੀ ਉਹਦੇ ਕੰਨੇ ਜੁੜੇ ਦੇ ਜਿੰਨੇ ਵੀ ਕੰਟੈਕਟ ਨੇ ਉਹਨਾਂ ਸਾਰੇ ਟਰੇਸ ਕੀਤਾ ਜਾਏ ਔਰ ਬਥੇਰੇ ਐਸੇ ਲੋਕ ਨੇ ਜਿਹੜੇ ਕਿ ਅੱਲੇ ਵੀ ਆਪਣੀ ਟਰੈਵਲ ਹਿਸਟਰੀ ਛਪਾਲੀ ਆਪਣੇ ਆਪਣੇ ਘਰਿਆਂ 'ਚ ਬੈਠੇ ਰਹੇ ਕਿ ਆਹੇ ਸਾਹਮਣੇ ਨਹੀਂ ਆਣਾ ਪਰ ਉਹਨੇ ਮੈਨੂੰ ਦੱਸੀ ਹੋਣਾ ਕਿ ਉਹ ਬੜਾ ਹੀ ਜ਼ਿਆਦਾ ਗਲਤ ਕਰਾ ਦੇਣਾ ਇੱਥੇ ਮੈਂ ਤੁਹਾਨੂੰ ਦੱਸਾਂ ਕਿ ਦੋ ਨੰਬਰ ਜਿਹੜੇ ਨੇ ਉਹ ਹੋਰ ਦਿੱਤੇ ਦੇਣਾ ਉਹ ਨੰਬਰ ਮੈਂ ਤੁਹਾਨੂੰ ਇੱਕ ਮਿੰਟ ਪੜ੍ਹੀਏ ਦੱਸ ਹੀ ਉਹਨੀਆਂ ਇੱਕ ਤਾਂ ਨੈਸ਼ਨਲ ਹੈਲਪਲਾਈਨ ਨੰਬਰ ਜੇ ਕਿਸੇ ਕੀ ਵੀ ਲੋੜ ਪੁੰਦੀ ਹੈ ਇਹ ਟੋਲ ਫਰੀ ਨੰਬਰ ਹੈ ਨੈਸ਼ਨਲ ਹੈਲਪਲਾਈਨ ਨੰਬਰ 1075 ਤੁਸੀਂ ਇਹਦੇ ਉੱਪਰ ਫੋਨ ਕਰਿਏ ਆਪਣੀ ਦਿੱਕਤ ਜੜੀ ਹੈ ਇਹਨੇ ਕੀ ਦੱਸ ਸਕਦੇ ਹੋ ਇਹਦੇ ਇਲਾਵਾ ਜਿਹੜੇ ਕੋਵਿਡ 19 ਹੈਲਪਲਾਈਨ ਨੰਬਰ ਹੈ 0191 टू फाइव फोर नाइन सिक्स सैवन सिक्स मैं एक बार परतिय बोली हाँ टू फाइव फोर नाइन सिक्स सैवन सिक्स और यूटी लेवल सेल वो मैं तुम तो पहले भी पढ़िए दसिए परतिए दसी जीरो वन नाइन वन टू फाइव टू जीरो नाइन एट टू जीरो वन नाइन वन टू सिक्स फोर 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 दो नंबर है एलावा एक और है जीरो वन नाइन वन टू सिक्स सैवन फोर वन वन फाइव ਇਹ ਜੰਮੂ ਡਿਵੀਜ਼ਨ ਵਾਲਿਆਂ ਤਾਂ ਹੀ ਹੈ ਕਿ ਕੋਈ ਵੀ ਕੁਸੇਗੀ ਵੀ ਕੋਈ ਮੈਡੀਕਲ ਐਮਰਜੈਂਸੀ ਆਈ ਜਾਂਦੀ ਹੈ ਤਾਂ ਉਹ ਇਸ ਨੰਬਰ ਉੱਪਰ ਫੋਨ ਕਰੀਏ ਜਿਹੜੀ ਹੈ ਆਪਣੀ ਦਿੱਕਤ ਜਿਹੜੀ ਉਹ ਸੁਣਾਈ ਸਕਦੇ ਉਹ ਜਿਹੜੇ ਲੋਗ 12 ਆਦੇ ਉਹਨੇ ਕੀ ਗੱਲ ਸਮਝਣੀ ਹੋਗੀ ਕਿ ਜੇ ਤੋਹੇ 12 ਆਦੇ ਵੀ ਉਦੇਸ਼ ਤੇ ਜਾਂ ਕੰਟਰੀ ਦੇ ਕਿਸੇ ਵੀ ਕੋਨੇ ਤੋਂ ਤੋਹੇ ਆ ਰਹੇ ਹੋ ਤਾਂ ਤੋਹੇ ਸਭ ਤੋਂ ਪਹਿਲੇ ਕੰਮ ਜਿਹੜਾ ਕੀ ਕਰਨਾ ਚਾਹ ਰਾ ਆਪਣਾ ਟੈਸਟ ਕਰਾਉਣਾ ਚਾਹ ਰਾ ਤਾਂ ਕਿ ਪਤਾ ਲੱਗੇ ਕਿ ਤੁੰਦੇ ਜਿਹੜੇ ਸਿੰਪਟਮਸ ਹਨ ਹੈਨ ਔਰ ਠੀਕ ਹੈ ਨਾਰਮਲ ਹੈ ਤੁਸੀਂ ਠੀਕ ਹੋ ਜਾਂ ਕੋਈ ਤੁੰਦੇ ਚ ਕੋਈ ਸ਼ਿਕਾਇਤ ਹੈ ਕਰੋਨਾ ਦੀ ਕਿ ਕਿ ਜੇ ਪਹਿਲੇ ਕਿ ਪਤਾ ਲੱਗੀ ਆ ਤਾਂ ਤੁੰਦੇ ਦੇ ਵੀ ਰਿਕਵਰ ਹੋਣ ਦੇ ਚਾਂਸਸ ਹੈ ਜੇ ਤੋਹੇ ਆਪਣੀ ਟ੍ਰੈਵਲ ਹਿਸਟਰੀ ਛਪਾਲੀ ਆਪਣੇ ਕਰਿਆ ਚ ਬੇਈ ਰੋਗੇ ਤਾਂ ਉਹੇ ਸਾਹ ਮੋੜਾ ਜੋ ਅੱਜ ਗੂੜਾ ਬਖਸ਼ੀ ਨਗਰ ਦੇ ਇੱਕ ਕਾਰ ਦੋਇਆ ਕਿ ਇੱਕ ਇੱਕ ਕਾਰ ਚ ਕੱਲ ਮਤਲਬ ਉਹ ਟਰੱਕ ਡਰਾਈਵਰ ਤੋਂ originani ਜਿਹੜੇ ਨੂੰ ਪੋਜ਼ਿਟਿਵ ਆਇਆ ਔਰ ਅੱਜ ਉੰਦੇ ਕੇ ਘਰੋਂ ਦੋ ਔਰ ਬੰਦੇ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ ਮੈਂ ਤੋਹੇਂਗੀ ਇੱਕ ਹੋਰ ਨੰਬਰ ਜਿਹੜਾ ਉਹ ਪੜ੍ਹੀਏ ਦੱਸਨੀ ਆ ਉਹ ਨੰਬਰ ਏ ਹੈ ਕਿ ਜੇ ਕੋਈ ਐਮਰਜੈਂਸੀ ਜਿ ਕੁਸ ਹੈਗੀ ਆਈ ਜਾਂਦੀ ਹੈ ਮੈਡੀਕਲ ਐਮਰਜੈਂਸੀ ਔਰ ਉਹ ਕਰੂ ਮੋਬਾਈਲ ਨਹੀਂ ਨਿਕਲੇ ਸਕਦਾ ਤਾਂ ਉਸੀ ਮੇਦਸਣਾ 108 ਨੰਬਰ ਉੱਪਰ ਫੋਨ ਕਰਨਾ ਹੈ ਐਂਬੂਲੈਂਸ ਜਿਹੜੀ ਹੈ ਉਹ ਤੁਹਦੇ ਬੂਹੇ ਤੱਕ ਆਈ ਆ ਤੁਹੀਂ ਗਿਲਣ ਤਾਂ ਹੀ ਔਰ ਕਨੇਗੇ ਇੱਕ ਹੋਰ ਜਾਣਕਾਰੀ ਤੁਹੀਂ ਦੇਣਾ ਚਾਹਨੀ ਕਿ ਜੇ ਕੋਈ ਪ੍ਰੈਗਨੈਂਟ ਲੇਡੀ ਹੈ ਜੇ ਉਹ ਡਿਲੀਵਰੀ ਦਾ ਟਾਈਮ ਕੋਲ ਆਈਦਾ ਤਾਂ ਉਹਦੇ ਤਾਂ ਹੀ ਇੱਕ ਐਂਬੂਲੈਂਸ ਦਾ ਨੰਬਰ ਜਿਹੜਾ ਮੈਂ ਤੁਹਾਨੂੰ ਦੱਸੀ ਹੋਣਾ ਇਹ ਮੈਂ ਬਥੇਰੇ ਸਾਰੇ ਲੋਕਾਂ ਨੂੰ ਪਤਾ ਵੀ ਹੋਣਾ ਪਰ ਬੜੇ سارے ਐਹ ਵੀ ਲੋਕ ਵੀ ਹੈ ਨਾ ਜਿਹੜੇ ਕਿ ਇਸ ਚੀਜ਼ ਦੀ ਜਾਣਕਾਰੀ ਜਿਹੜੀ ਉਹ ਨਹੀਂ ਹੁੰਦੀ ਹੈ ਤਾਂ ਮੈਂ ਉਹਨੇ ਕਿ ਦੱਸਣੀ ਕਿ ਜੇ ਕੋਈ ਪ੍ਰੈਗਨੈਂਟ ਲੇਡੀ ਹੈ ਔਰ ਡਿਲੀਵਰੀ ਦਾ ਟਾਈਮ ਕੋਲ ਆਈਦਾ ਔਰ ਉਸੀ ਐਂਬੂਲੈਂਸ ਦੀ ਲੋੜ ਹੈ ਤਾਂ 102 ਮਤਲਬ 102 ਨੰਬਰ ਉੱਪਰ ਤੋਂ ਹੈ ਫੋਨ ਕਰਨਾ ਤਾਂ ਐਂਬੂਲੈਂਸੀ ਸਰਵਿਸ ਦਾ ਤੁਹਾਨੂੰ ਪੂਰਾ-ਪੂਰਾ ਫਾਇਦਾ ਜਿਹੜਾ ਉਹ ਚੁੱਕੀ ਸਕਦੇ ਹੋ ਪਰ ਇੱਕ ਵਾਰੀ ਜਾਂਦੇ ਜਾਂਦੇ ਪਰਤੀ ਹੋਏ ਆ ਕੀ ਇਹ ਜਿਹੜੇ ਟਰੈਵਲ ਹਿਸਟਰੀ ਛਪਾਲਾ ਦੇਣਾ ਹੈ ਜਾਂ ਫਿਰ ਜਿਹੜੇ ਕੀ ਸਿੰਪਟਮਸ ਉਹ ਲੈ ਆ ਜੇ ਤੁਸੀਂ ਬੁਖਾਰ ਚੜਾ ਰਹਾ ਹੈ ਜਾਂ ਤੁਸੀਂ ਜ਼ੁਕਾਮ ਹੋ ਆ ਰਿਹਾ ਹੈ ਜਾਂ ਤੁਹਾਡਾ ਗਲਾ ਖਰਾਬ ਹੋ ਆ ਰਿਹਾ ਹੈ ਗਲੇ 'ਚ ਕੋਈ ਖਰਾਸ਼ ਹੈ ਤਾਂ ਤੁਸੀਂ ਲੋਕ ਇਹ ਨਹੀਂ ਸੋਚੋ ਕਿ ਬਸ ਨਾਰਮਲ ਗਿਆ ਹੈ ਕਿ ਉਹ ਦਾ ਮੌਸਮ ਚੇਂਜ ਹੋਣ ਦਾ ਕਾਰਨ ਹੈ ਜਾਂ ਫਿਰ ਕੀ ਪਤਾ ਨਿੱਕਾ ਮੋਟਾ ਡਸਟ ਜਿਹੀ ਚੜੀ ਦੀ ਹੋਣੀ ਤੁਸੀਂ ਕਾਰ ਬੈਠੇ ਰਹੇ ਆਪੇ ਹਕੀਮ ਜਾਂ ਡਾਕਟਰ ਬਣਨੇ ਦੀ ਲੋੜ ਨਹੀਂ ਹੈ ਤੁਸੀਂ ਫਟਾਕ ਜਾਈਏ ਹਸਪੀਟਲ ਜਾਓ ਔਰ ਆਪਣਾ ਟੈਸਟ ਜਿਹੜਾ ਉਹ ਜ਼ਰੂਰ ਕਰਾਓ ਉਹ ਪਰਤੀਮਤੋਂ ਹੀ ਆਖਗੀ ਕਿ ਸਰਕਾਰ ਦਾ ਪੁਲਿਸ ਵਾਲਿਆਂ ਦਾ ਡਾਕਟਰਿਆਂ ਦਾ ਕੰਮ ਜਿਹੜਾ ਉਹ ਨਹੀਂ ਵਧਾਓ ਇਹ ਬਾਰ-ਬਾਰ ਮਤੋਂ ਹੀ ਆਖਣੀ ਜਿਵੇਂ ਤੁਹਾਨੂੰ 4 ਦਿਨ ਪਹਿਲੇ ਖੁਸ਼ ਹੋਈ ਦੇਹ ਕਿ ਜੰਮੂ ਜਿਹੜਾ ਉਹ ਪਾਈ ਕੋਵਿਡ ਫ੍ਰੀ ਹੋਈਦਾ ਹੁਣ ਸਾਨੂੰ ਕੁਝ ਨਹੀਂ ਹੋਈ ਸਕਦਾ ਸਾਰੇ ਜਿਹੜੇ ਉਹ ਰਿਕਵਰ ਹੋਈਏ ਔਰ ਸਾਰੇ ਕੇ ਆਪਣੇ ਆਪਣੇ ਕਰੂ ਉਹ ਸ਼ੈਰੀ ਮਾਰੀ ਲੜੇ ਕਰੂ ਬਾਹਰ ਨਿਕਲੀ ਦੇ ਤਾਂ ਅੱਜ ਤੋਂ ਇਹ ਦੇਖ ਲਓ ਕਿ ਬਖਸ਼ਨਗਰ ਵਾਲੇ ਤਾਂ ਬੰਦ ਹੋਈਏ ਬਈ ਦੇ ਇੰਨਾਂ ਕੇ ਕਧਵਾ ਵੀ ਰੈਡ ਜ਼ੋਨ ਡਿਕਲੇਅਰ ਹੈ ਤਾਂ ਇੰਨਾਂ ਕੇ ਸਾੰਬਾ ਵੀ ਰੈਡ ਜ਼ੋਨ ਜਿਹੜਾ ਉਹ ਡਿਕਲੇਅਰ ਹੈ ਔਰ ਜਿਹੜੀ ਫਾਲਤੂ ਦੀ ਅਫਵਾਹ ਜਿਹੜੀਆਂ ਠੁਲਦੀਆਂ ਨੇ ਇੰਦੇ ਉੱਪਰ ਧਿਆਨ ਘੱਟ ਦੋ ਜੋ ਸਰਕਾਰ ਆ ਅੱਖਾਂ ਦੀ ਹੈ ਉਹ ਸਰਕਾਰ ਦੀ ਗੱਲ ਜਿਹੜੀ ਉਹ ਮੰਨੋ ਕਿ ਕਿ ਉਹ ਤੁੰਦੀ ਭਲਾਈ ਤਾਂ ਹੀ ਆਖ ਰਹੀ ਹੈ ਉਹ ਤੁੰਦਾ ਬੁਰਾ ਬਿਲਕੁਲ ਨਹੀਂ ਚਾਹਦੀ ਹੈ ਜੇ ਉਹ ਦਿਨ ਰਾਤ ਡਾਕਟਰ ਕੰਮ ਕਰਾ ਦੇਣ ਜੇ ਦਿਨ ਰਾਤ ਪੁਲਿਸ ਜਿਹੜੀ ਤੋਹੇ ਰੋਕਾ ਰਹੀ ਉਹ ਤੁੰਨ ਲੋਕਿਆ ਨਹੀਂ ਰੋਕਾਦੀ ਹੈ ਉਹ ਆਪਣੇ ਤਾਂ ਹੀ ਨਹੀਂ ਰੋਕਾਦੀ ਹੈ ਤਾਂ ਜਿਹੜੇ ਟ੍ਰੈਵਲ ਹਿਸਟਰੀ ਛਪਾਲੀ ਆ ਆਪਣੀ ਅੱਲੇ ਵੀ ਆਪਣੇ ਆਪਣੇ ਘਰੇ ਹੀ ਬੈਠ ਰਹੇ ਉਨੇ ਹੀ ਇੱਕ ਵਾਰੀ ਬਾਹਰ ਜਾਈਏ ਹਸਪੀਟਲ ਜਾਈਏ ਆਪਣਾ ਟੈਸਟ ਜਿਹੜਾ ਉਹ ਜ਼ਰੂਰ ਕਰਾਉਣਾ ਚਾਹੀਦਾ ਕਿ ਕਿ ਜੇ ਤੁਸੀਂ ਆਪਣੇ ਆਪ ਕੀ ਨਹੀਂ ਬਚਾਗੇ ਤਾਂ ਕਿਸੇ ਨੇ ਵੀ ਨਹੀਂ ਤੁਹਾਨੂੰ ਬਚਾਉਣ ਹੋਣਾ ਫਿਲਹਾਲ ਤੁਸੀਂ ਮੇਹੀ ਦੀ ਇਜਾਜ਼ਤ ਪਰティਹਾਜ਼ ਰੋਗੀ ਪਰ ਜਾਂਦੇ ਜਾਂਦੇ ਇਹ ਆਖਗੀ ਕਿ ਜਿਹੜੇ ਲੋਕ ਮੇਰੇ ਤਾਂ ਹੀ ਆਖ ਰਹੇ ਕਿ ਤੁਹਾਨੂੰ ਡੋਗਰੀ ਛੱਡੀਏ ਹਿੰਦੀ ਕ ਲਈ ਬੋਲਣਾ ਸ਼ੁਰੂ ਕਰੀ ਉਹਦੀ ਸਾਨੂੰ ਬੜਾ ਪਾੜਾ ਲੱਗਾ ਰਾ ਤਾਂ ਮੀ ਵੀ ਬੜਾ ਪਾੜਾ ਲੱਗਾ ਰਾ ਕਿ ਤੁਸੀਂ ਲੋਕ ਲਾਪਰਵਾਹੀ ਜਿਹੜੀ ਹੈ ਉਹ ਕੈਲੀਬਰਤਾ ਦਿਓ ਮੀ ਤੋਂ ਇਜਾਜ਼ਤ ਪਰティਹਾਜ਼ ਦੇ ਰੋਗੀ ਨਮਸਕਾਰ